ਨਰੇਗਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਮਗਨ ਨਰੇਗਾ ਯੂਨੀਅਨ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ, ਅਵਰ ਕਾਮ ਐਂਡ ਰਾਸਕੋ ਠੇਕਾ ਮੁਲਾਜ਼ਮ ਸੀ ਐਚ ਬੀ ਯੂਨੀਅਨ ਅਤੇ ਹੋਰਨਾਂ ਵੱਖ ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਅੱਜ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਕੀਤੇ ਜਾ ਰਹੇ ਸੰਘਰਸ਼ ਤੋਂ ਬਾਅਦ ਵੀ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਕੱਚੇ ਮੁਲਾਜ਼ਮਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਕੱਚੇ ਮੁਲਾਜ਼ਮਾਂ ਵੱਲੋਂ ਲਗਾਏ ਗਏ ਧਰਨੇ ਦੀਆਂ ਤਸਵੀਰਾਂ, ਜਿਸ ਤੋਂ ਬਾਅਦ ਕਰਮਚਾਰੀ ਆਗੂ ਜਾਣਕਾਰੀ ਦੇਣਗੇ। ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਜਿਸਟਰ ਨੰਬਰ 31 ਬ੍ਰਾਂਚ ਫਾਜ਼ਿਲਕਾ ਤੋਂ ਅੱਜ ਕਿਉਂ ਕੀਤਾ ਜਾ ਰਿਹਾ ਪ੍ਰੋਟੈਸਟ? ਇਹ ਪ੍ਰੋਟੈਸਟ ਪੰਜਾਬ ਸਰਕਾਰ ਦੀਆਂ ਠੇਕਾ ਮੁਲਾਜ਼ਮਾਂ ਦੇ ਖਿਲਾਫ਼, ਮਾੜੀਆਂ ਨੀਤੀਆਂ ਦੇ ਖਿਲਾਫ਼, ਪੂਰੇ ਪੰਜਾਬ ਦੀਆਂ ਸਬ ਡਿਵੀਜ਼ਨਾਂ ਅਤੇ ਡਿਵੀਜ਼ਨਾਂ ਦੇ ਦਫ਼ਤਰਾਂ ਅੱਗੇ ਪੂਰੇ ਪੰਜਾਬ ਦੇ ਠੇਕਾ ਕਾਮਿਆਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ। ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਸਾਰੇ ਠੇਕਾ ਮੁਲਾਜ਼ਮ, ਸਾਰੇ ਪੰਜਾਬ ਦੇ ਠੇਕਾ ਮੁਲਾਜ਼ਮ ਅੱਜ ਸੜਕਾਂ ਦੇ ਉੱਤੇ ਉਤਰ ਰਹੇ ਨੇ ਅਤੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਆਪਣੀ ਮੈਡਮ ਅਰੁਸ਼ਾ ਬੇਗਮ ਨੂੰ ਸੀਤਾਫਲ ਅਤੇ ਚੀਕੂ ਖਾਣ 'ਚ ਮਸ਼ਗੂਲ ਹੈ। ਉਸ ਨੂੰ ਪੰਜਾਬ ਦੇ ਮੁਲਾਜ਼ਮਾਂ ਨਾਲ ਜਾਂ ਪੰਜਾਬ ਦੀ ਜਨਤਾ ਨਾਲ ਕੋਈ ਵਾਰ ਨਹੀਂ ਹੈਗਾ ਉਹਦੇ ਦੁੱਖ ਸੁੱਖ ਬਾਰੇ। ਇੱਥੋਂ ਤੱਕ ਕਿ ਜਿਹੜਾ ਇੱਥੋਂ ਦਾ ਲੋਕਲ ਵਿਧਾਇਕ ਹੈ ਉਹ ਕਹਿੰਦਾ ਮੈਂ ਜਨਤਾ ਦੇ ਦੁੱਖ ਦਰਦ ਸਮਝਦਾ, ਉਹਨੂੰ ਪਤਾ ਨਹੀਂ ਸੜਕਾਂ 'ਤੇ ਕੱਚੇ ਮੁਲਾਜ਼ਮ ਹੈ ਜਿਹੜੇ ਥਾਂ ਥਾਂ 'ਤੇ ਧਰਨੇ ਲਾ ਰਹੇ, ਉਹਨੂੰ ਇਹ ਨਹੀਂ ਦਿਸ ਰਿਹਾ ਵੀ ਕੁਛ ਕੱਚੇ ਮੁਲਾਜ਼ਮ ਨਿਗੂਣੀਆਂ ਜਿਹੀਆਂ ਤਨਖਾਹਾਂ 'ਤੇ ਜਿਹੜੇ ਆਪਦੀਆਂ ਸੇਵਾਵਾਂ ਦੇ ਰਹੇ। ਜਲ ਸਪਲਾਈ ਇੱਕ ਇਹੋ ਜਿਹਾ ਮਹਿਕਮਾ ਹੈ ਜਿਹੜਾ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਦਾ ਹੈ, ਲੋਕਾਂ ਨੂੰ ਪੀਣ ਦੇ ਪਾਣੀ ਦੀ ਸਾਫ਼ ਥੋੜ੍ਹੀ ਜਿਹੀ ਤਨਖਾਹ ਦੇ ਵਿੱਚ ਅਸੀਂ ਜਿਹੜੀਆਂ ਸੁਵਿਧਾਵਾਂ ਦੇ ਰਹੇ ਹਾਂ। ਅਤੇ ਇਹ ਸਰਕਾਰ ਕਹਿ ਰਹੀ ਹੈ ਵੀ ਸਾਡੇ ਕੋਲ ਜਿਹੜਾ ਕੱਚੇ ਕਾਮਿਆਂ ਨੂੰ ਤਨਖਾਹ ਦੇਣ ਵਾਸਤੇ ਪੈਸੇ ਹੈ ਨਹੀਂ। ਸਰਕਾਰ ਤੋਂ ਕੀ ਮੰਗ ਕਰਦੇ? ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਬਿਨਾਂ ਸ਼ਰਤ ਜਿੰਨੇ ਵੀ ਕੱਚੇ ਮੁਲਾਜ਼ਮ ਹੈ ਬਿਨਾਂ ਕਿਸੇ ਸ਼ਰਤ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਵਿਭਾਗ 'ਚ ਸ਼ਾਮਿਲ ਕਰਕੇ ਅਤੇ 2016 ਐਕਟ ਲਾਗੂ ਕੀਤਾ ਜਾਵੇ। ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਟਾਈਮ 'ਚ ਇਹ ਪ੍ਰੋਟੈਸਟ ਵੀ ਤੇਜ਼ ਹੋਵੇਗਾ ਅਤੇ ਸਰਕਾਰ ਦੀਆਂ ਜੜ੍ਹਾਂ ਵੀ ਲਾ ਕੇ ਰੱਖ। ਅੱਜ ਕੋਈ ਮੰਗ ਪੱਤਰ ਵੀ ਦਿੱਤੇ ਜਾਣਾ ਡੀ ਸੀ ਆਫਿਸ? ਅੱਜ ਅਸੀਂ ਇਸ ਧਰਨਾ ਸਮਾਪਤੀ ਤੋਂ ਬਾਅਦ ਸਾਡਾ ਪ੍ਰੋਗਰਾਮ ਹੈ ਵੀ ਚੌਂਕਾਂ 'ਤੇ ਖੜ੍ਹ ਕੇ ਤਖਤੀਆਂ ਗਲੇ ਦੇ ਵਿੱਚ ਪਾ ਕੇ ਅਤੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਵੀ ਕੱਚੇ ਕਾਮੇ ਕਿਸ ਤਰ੍ਹਾਂ ਮਜਬੂਰ ਨੇ ਆਪਣੀਆਂ ਤਨਖਾਹ ਲੈਣ ਵਾਸਤੇ, ਆਪਣੇ ਰੁਜ਼ਗਾਰ ਨੂੰ ਬਚਾਉਣ ਵਾਸਤੇ। ਲੋਕਾਂ ਨੂੰ ਦੱਸਾਂਗੇ ਤਾਂ ਕਿ ਪਬਲਿਕ 'ਚ ਸੁਣਿਆ ਜਾਵੇ ਵੀ ਕੱਚੇ ਕਾਮਿਆਂ ਪ੍ਰਤੀ ਸਰਕਾਰ ਦੀ ਕੀ ਮਾੜੀ ਉਦਾਸੀ। ਸਰ, ਜਿਹੜਾ ਇਹ ਧਰਨਾ ਹੈ ਇਹ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਜਿਹੜੀਆਂ ਵਿਭਾਗੀ ਅਤੇ ਰੈਗੂਲਰ ਦੀ ਮੰਗ ਨੂੰ ਲੈ ਕੇ ਜਿਹੜਾ ਇਹ ਧਰਨਾ ਜਿਹੜਾ ਉਹ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ। ਅੱਜ ਵੀ ਇਸੇ ਮਸਲੇ ਨੂੰ ਹੱਲ ਕਰਾਉਣ ਦੇ ਲਈ ਇਹ ਧਰਨਾ ਇੱਥੇ ਲਗਾਇਆ ਗਿਆ, ਪਰ ਸਰਕਾਰ ਵੱਲੋਂ ਅਜੇ ਤੱਕ ਜਿਹੜਾ ਇਸ ਧਰਨੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਨਾ ਹੀ ਸਾਡੀਆਂ ਮੰਗਾਂ ਵੱਲ ਕੋਈ ਖਿਆਲ ਕੀਤਾ ਜਾਂਦਾ। ਜਦੋਂ ਵੀ ਕਿਸੇ ਮੰਤਰੀ ਨਾਲ ਜਾਂ ਕਿਸੇ ਸੰਤਰੀ ਨਾਲ ਕਿਸੇ MLA ਨਾਲ ਇਹਨਾਂ ਬਾਰੇ ਕੋਈ ਗੱਲ ਕਰਦੇ ਹਾਂ ਤਾਂ ਅੱਗੋਂ ਇੱਕੋ ਹੀ ਗੱਲ ਨਾਲ ਭੱਲਾ ਝਾੜ ਦਿੱਤਾ ਜਾਂਦਾ ਕਿ ਸਾਡੇ ਕੋਲ ਖਜ਼ਾਨਾ ਖਾਲੀ ਹੈ। ਅੱਜ ਦੱਸਿਆ ਜਾ ਰਿਹਾ ਕਿ ਬਠਿੰਡੇ ਅਤੇ ਉਸ ਤੋਂ ਬਾਅਦ ਮੁਹਾਲੀ ਵੀ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹਦੇ ਬਾਰੇ ਕੀ? ਬਠਿੰਡਾ ਅਤੇ ਮੁਹਾਲੀ ਵਿੱਚ ਜਿਹੜੇ ਪ੍ਰੋਟੈਸਟ ਅੱਜ ਚੱਲ ਰਹੇ ਆ ਉਹ ਬੜੇ ਜ਼ੋਰਾਂ ਸ਼ੋਰਾਂ 'ਤੇ ਹੈ, ਕਿਉਂਕਿ ਇਹ ਜਿਹੜੇ ਪ੍ਰੋਟੈਸਟ ਹੈ ਇਹ ਰੁਕਣ ਵਾਲੇ ਨਹੀਂ ਹੈ, ਕਿਉਂਕਿ ਮੁਲਾਜ਼ਮ ਮਜ਼ਦੂਰ ਕਿਸਾਨ ਹਰੇਕ ਜਿਹੜਾ ਵਰਗ ਹੈ ਉਹ ਇਸ ਟਾਈਮ ਸੜਕਾਂ 'ਤੇ ਹੈ, ਪਰੇਸ਼ਾਨ ਹੈ। ਪਰ ਪਤਾ ਨਹੀਂ ਸਰਕਾਰ ਜਿਹੜਾ ਸਾਡਾ ਰਾਜਾ ਹੈ ਉਹ ਇਹਨਾਂ ਨੂੰ ਹੱਲ ਕਰਨ ਦੀ ਬਜਾਏ ਉਹ ਆਪਦੇ ਮਹਿਲਾਂ ਦੇ ਵਿੱਚ ਸੁੱਤਾ ਪਿਆ, ਉਹਨਾਂ ਨੂੰ ਅਜੇ ਥੱਲੇ ਦੇ ਲੋਕਾਂ ਦੀ ਪੀੜ ਬਾਰੇ ਪਤਾ ਹੀ ਨਹੀਂ ਹੈ। ਕਿਉਂਕਿ ਅਸੀਂ ਸਰਕਾਰਾਂ ਇਸ ਕਰਕੇ ਬਣਾਉਂਦੇ ਹਾਂ ਕਿਉਂਕਿ ਉਹ ਸਾਡੇ ਆਮ ਲੋਕਾਂ ਨੂੰ ਆਮ ਜਨਤਾ ਨੂੰ ਸੁਵਿਧਾਵਾਂ ਦੇ ਸਕਣ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜ੍ਹ ਸਕਣ। ਪਰ ਜਿਹੜੀ ਇਹ ਕਾਂਗਰਸ ਸਰਕਾਰ ਹੈ
इस तो पिछली सरकार जी सी लोगों को यह सी कि शायद जी कांग्रेस सरकार आई है तो कोई लोगों को जी राहत मिलेगी, पर यह सरकार ने तो बिल्कुल हद ही ला दी। रेंदी खुंदी तो साढ़े जोड़े वित्त मंत्री है मनप्रीत सिंह जी बादल, उन्होंने तो जमा ही किसी भी गलते गल करके देख लो, हरेक गल के उ खजाना खाली है, खजाना खाली है। असं इन्हों पुछना चाहते हैं जो खजाना खाली है थोड़िया तनखावं कितों आ रही ने, तुम नवी गड्डिया लीडर वास्ते लै रहे हो, MLA वास्ते लै रहे हो, कितों लै रहे हो? ये खजाना खाली है, आम लोगों लिए खजाना खाली है, थोड़े लीडर वास्ते कोई खजाना खाली नहीं। मंगा संबंधी आने वाले टाइम की प्रोटेस्ट? मंगा संबंधी ठेका मुलाजम संघर्ष मोर्चे वालों पिछले समय के दौरान अकाली गौरमेंट के दौरान भी जोड़ा 2016 एक्ट जो बनवाया गया संघर्षों के दौरान, इस बार भी असी ये संघर्ष जोड़े है जो असी 16 एक्ट लागू करावे जी इन्हों मजबूर कर देंगे कि साड़िया जड़िया मंगा ने उन्होंने मन के इन्हों रैगूलर किया जाए। वो हरेक वर्ग का मुलाजम जोड़ा रैगूलर किया जाए, ना कोई आउटसोर्स में छड़ा जाए, ना कोई सेंटर स्कीम छड़ा जाए, ना ही किसी बोर्ड में छड़ा जाए। हरेक मुलाजम जोड़ा वो अपनी लड़ाई लड़ रहा है, हरेक मुलाजम की जी गल सुन के वह बनता हक जो दिता जाना चाहिए।